ਇਸ ਟਾਈਮ ਅਮਰੀਕ ਸਿੰਘ ਰੋਡ ਬਠਿੰਡਾ ਦੀ ਸਬਜ਼ੀ ਮੰਡੀ ਚ ਮੌਜੂਦ ਹੈ, ਜਿੱਥੇ ਇੱਕ ਬਿਲਡਿੰਗ ਬਣ ਰਹੀ ਸੀਗੀ। ਬਿਲਡਿੰਗ ਤੋਂ ਜਿਹੜਾ ਪਲੇਟਸ ਹੈ ਲੋਹੇ ਦੀਆਂ, ਉਹ ਥੱਲੇ ਇੱਕ ਸਬਜ਼ੀ ਦੀਆਂ ਦੁਕਾਨਾਂ ਲੱਗੀਆਂ ਹੋਈਆਂ, ਉੱਥੇ ਡਿੱਗਦੀ ਹੈ। ਤੇ ਸਾਡੇ ਨਾਲ ਸਬਜ਼ੀ ਦੀ ਜਿਹੜੀ ਇੱਥੇ ਦੁਕਾਨ ਲਗਾਉਂਦੇ ਆ ਉਹ ਮਾਲਕ ਮੌਜੂਦ ਹੈ, ਗੱਲਬਾਤ ਕਰਦੇ ਆ। ਬਾਈ ਜੀ, ਕੀ ਹਾਦਸਾ ਹੋਇਆ ਜਿਹੜੀ ਇਹ ਬਿਲਡਿੰਗ ਬਣ ਰਹੀ ਹੈਗੀ ਹੈ ਬੈਕ ਸਾਈਡ ਤੁਹਾਡੇ, ਵੀ ਪਲੇਟਸ ਡਿੱਗੀਆਂ, ਇੱਕ ਬੀਮ ਵੀ ਡਿੱਗਿਆ, ਤੇ ਕੀ ਕਹਿਣਾ ਚਾਹੋਗੇ? ਹਾਦਸਾ ਤੁਹਾਡੇ ਸਾਹਮਣੇ ਆਇਆ, ਤੇ ਛੋਟੇ ਮੋਟੇ ਹਾਦਸੇ ਤਾਂ ਜੀ ਪਹਿਲਾਂ ਵੀ ਹੁੰਦੇ ਹੀ ਰਹਿੰਦੇ ਆ, ਇਹ ਕੋਈ ਆਏ ਨੀ ਆ ਵੀ ਇਹ ਪਹਿਲੀ ਵਾਰ ਹੋਇਆ। ਕਦੇ ਜਿਵੇਂ ਇਸ ਅਵਲੀ ਦੁਕਾਨਾਂ ਹੈਗੀਆਂ, ਇਹਨਾਂ ਤੇ ਪਲੇਟਾਂ ਡਿੱਗ ਗਈਆਂ, ਕਦੇ ਕੋਈ ਚਿੰਗਾਰੀਆਂ, ਕਿਉਂ ਇੱਥੇ ਮੰਡੀ ਦਾ ਕੰਮ ਹੈਗਾ ਜੀ, ਤੇ ਚਿੰਗਾਰੀਆਂ ਆਉਂਦੀਆਂ, ਅੱਗ ਲੱਗਣ ਦੇ ਵੀ ਕਈ ਵਾਰੀ ਹੋਈ ਆ ਚੀਜ਼ਾਂ, ਤੇ ਲੱਗੀਆਂ ਆਗਿਆ, ਠੀਕ ਹੈ ਜੀ। ਤੇ ਬਹੁਤ ਵਾਰੀ ਇੱਥੇ ਕਦੇ ਕੁਛ ਡਿੱਗ ਗਿਆ, ਕਦੇ ਕੁਛ ਡਿੱਗ ਗਿਆ, ਪਰ ਹੁਣ ਆਹ ਤੁਸੀਂ ਆਹ ਦੇਖ ਲਓ, ਇੱਧਰ ਤੁਸੀਂ ਕੈਮਰਾ ਘੁਮਾ ਕੇ ਆਹ ਦੇਖ ਲਓ ਜੀ, ਜਿੱਥੇ ਬੀਮ ਆਇਆ ਇਹ ਨਾ ਵਾਲਾ ਤੇ ਘੱਟੋ ਘੱਟ 1.5-2 ਕੁਇੰਟਲ ਦਾ ਬੀਮ ਹੋਊਗਾ, ਤੇ ਉਹ ਜਮਾ ਉੱਥੇ ਸਾਡੇ ਬੈਠਣ ਵਾਲੀ ਜਗ੍ਹਾ ਹੈਗੀ ਹੈ। ਇਹ ਤਾਂ ਸਿਰਫ ਪਰਮਾਤਮਾ ਨੇ ਇੰਨੀ ਕੁ ਕਸਰ ਰਹਿ ਗਈ ਵੀ ਅਸੀਂ ਉਸ ਟਾਈਮ ਅਸੀਂ ਕਹਿੰਦੇ ਬਾਥਰੂਮ ਕਰਨ ਵਾਸਤੇ ਗਏ ਹੋਏ ਸੀਗੇ, ਤੁਸੀਂ ਸਾਡੇ ਸਾਈਡ ਤੇ ਦੁਕਾਨ ਤਾਂ ਜਿਹੜੀ ਤੈਸ ਐਸ ਹੋਈ ਉਹ ਛੱਡ ਦੋ ਜੀ, ਉਹ ਤਾਂ ਅਸੀਂ ਕੱਲ ਨੂੰ ਫਿਰ ਵੀ ਰਿਪੇਅਰ ਕਰਾ ਲਾਂਗੇ। ਤੁਸੀਂ ਮੈਨੂੰ ਇਹ ਦੱਸ ਦੋ ਵੀ ਇੱਥੇ ਬੈਠੇ ਬੰਦੇ ਦੀ ਜਾਨ ਜਾਣੀ ਚਾਹੀਦੀ ਸੀਗੀ ਤੇ ਬੰਦੇ ਸੱਟ ਵੱਜਣੀ ਚਾਹੀਦੀ ਸੀਗੀ? ਅੱਛਾ, ਤੁਹਾਡੇ ਫਾਦਰ ਮਤਲਬ ਕਿ ਕੁਦਰਤੀ ਬਾਥਰੂਮ ਵਗੈਰਾ ਉੱਤੇ ਗਏ ਵਾਸਤੇ ਗਏ ਹੋਏ ਸੀਗੇ ਜੀ, ਜੇ ਨਾ ਗਏ ਹੁੰਦੇ ਕੁਦਰਤੀ ਤਾਂ ਤੁਸੀਂ ਇੱਧਰ ਕੈਮਰਾ ਇੱਥੇ ਜ਼ੂਮ ਕਰਕੇ ਦਿਖਾਓਗੇ, ਉੱਥੇ ਬੈਠਣ ਦੀ ਸੀਟ ਹੈ, ਆ ਲੋਹੇ ਦੀਆਂ ਪਲੇਟਾਂ, ਲੋਹੇ ਦੀਆਂ ਤੁਹਾਡੇ ਗਾਡਰ ਸਰੀਏ ਸਭ ਪਏ ਆ, 1% ਵੀ ਚਲੋ ਠੀਕ ਹੈ, ਇਹ ਇੱਕ ਬਿਲਡਿੰਗ ਬਣਾ ਰਹੇ ਆ, ਹਨਾ, ਬਿਲਡਿੰਗ ਬਣਾ ਰਹੇ, ਉੱਥੇ ਸੇਫਟੀ ਮੇਜ਼ਰਮੈਂਟ ਹੁੰਦੇ, ਕਿੱਥੇ ਨਾ ਸੇਫਟੀ ਮੇਜ਼ਰਮੈਂਟ? ਅੱਛਾ ਬਾਈ ਜੀ, ਬਿਲਡਿੰਗ ਕਿੰਨਾ ਦੀ ਆ ਜਿਹੜੀ ਇਹ ਬਿਲਡਿੰਗ ਬਣ ਰਹੀ ਹੈ? ਕੋਈ ਸਾਨੂੰ ਓਨਰ ਦਾ ਨਾਮ ਨਹੀਂ ਪਤਾ, ਕੋਈ ASC ਬਿਲਡਰਸ ਕਰਕੇ ਆ ਜਿਹੜੇ ਬਣਾ ਰਹੇ ਆ, ਕੋਈ ਸੇਫਟੀ ਮੇਜ਼ਰਮੈਂਟਸ ਹੁੰਦੇ ਆ ਜੋ ਇਹਨਾਂ ਨੇ ਲੈਣੇ ਹੁੰਦੇ ਆ, ਕਿ ਹਨੇਰੇ ਤੋਂ ਬਾਅਦ ਇਹ ਬਿਲਡਿੰਗ ਬਣਾ ਸਕਦੇ ਆ? ਅਗਰ ਚਲੋ ਬਣਾ ਲੈਣ ਆਪਾਂ ਨੂੰ ਕੀ, ਅਗਲਿਆਂ ਦੀ ਚੀਜ਼ ਹੈ ਜੋ ਮਰਜ਼ੀ ਬਣਾਉਣ, ਪਰ ਕੀ ਇੱਥੇ ਇਹਨਾਂ ਨੇ ਕੋਈ ਸੇਫਟੀ ਮੇਜ਼ਰਮੈਂਟ ਰੱਖੇ ਆ? ਅਗਰ ਕੋਈ ਵੀ ਚੀਜ਼ ਡਿੱਗਦੀ ਹੈ ਤਾਂ ਇਹਨਾਂ ਦੇ ਆਪ ਦੇ ਦਾਇਰੇ ਦੇ ਅੰਦਰ ਰਵੇ, ਅਗਰ ਇੱਥੇ ਅੱਜ ਕੋਈ ਜਾਨ ਮਾਨ ਦਾ ਨੁਕਸਾਨ ਹੋ ਜਾਂਦਾ, ਕੀ ਇਹ ਪੈਸੇ ਉੱਥੋਂ ਦੇ ਆ, ਖੁਦ ਤਾਂ ਆਉਂਦੇ ਨਹੀਂ ਆ, ਆਪਣੇ ਦੋਸਤਾਂ ਨੂੰ ਭੇਜਦੇ ਆ, ਉਹ ਕਹਿੰਦੇ ਅਸੀਂ ਸਵੇਰੇ ਸਹੀ ਕਰਾ ਦਾਂਗੇ, ਕੀ ਸਹੀ ਕਰਾ ਦਾਂਗੇ? ਸਹੀ ਕਰਾਉਣ ਨੂੰ ਤੁਸੀਂ ਆਪ ਸਹੀ ਕਰਾ ਲਾਂਗੇ? ਨਹੀਂ, ਬਿਲਡਿੰਗ ਬਣਾਉਣ ਵਾਲੇ ਜਿਹੜੇ ਜਿਨ੍ਹਾਂ ਕੋਲੇ ਕੰਟਰੈਕਟ ਹੈ ਉਹ ਆਏ ਸੀ ਤੁਹਾਡੇ ਕੋਲ? ਉਹ ਆਪ ਨਹੀਂ ਆ, ਉਹਨਾਂ ਨੇ ਅੱਗੇ ਆਪਣੇ ਦੋਸਤ ਭੇਜਤੇ। ਕੀ ਕਿਹਾ ਉਹਨਾਂ ਨੇ? ਕਹਿੰਦੇ ਜਿੰਨਾ ਤਾਂ ਤੁਹਾਡਾ ਨੁਕਸਾਨ ਹੋਏ ਸਵੇਰੇ ਤੁਹਾਨੂੰ ਦੇ ਦਾਂਗੇ। ਅੱਛਾ, ਕਿੰਨੇ ਵਜੇ ਦੀ ਘਟਨਾ ਸਾਰੀ ਇਹ? ਅੱਧਾ ਪੌਣਾ ਘੰਟਾ ਹੋ ਗਿਆ ਜੀ, ਜਿੰਨਾ ਵੀ ਤੁਸੀਂ ਸਮਾਂ ਦੇਖ ਲਓ ਇਸ ਟਾਈਮ, ਇਹ ਤੋਂ ਘੰਟਾ ਲਾ ਲਓ, ਪੌਣਾ ਘੰਟਾ ਲਾ ਲਓ, ਉਹਨਾਂ ਦਾ ਸਮਾਂ ਹੋ ਗਿਆ। ਤੇ ਆਹ ਨਾਲ ਵਾਲੀ ਦੁਕਾਨ ਵੀ ਦੇਖੋ ਤੁਸੀਂ, ਤੇ ਇਹਦੇ ਅੰਦਰ ਇੱਕ ਬਾਬਾ ਜੀ ਆ, ਉਹ ਰਹਿੰਦੇ ਆ, ਉਹ ਦਿਨ ਰਾਤ ਇੱਥੇ ਹੀ, ਉਹਨਾਂ ਦਾ ਘਰ ਹੈਗਾ, ਤੇ ਉਹ ਸਾਰੀ ਦੁਕਾਨ ਦਾ ਉੱਤੋਂ ਛੱਤ ਹੀ ਟੁੱਟ ਗਈ ਹੈ, ਤੇ ਉਹਨਾਂ ਨੂੰ 4 ਬੰਦਿਆਂ ਨੇ ਰਲ ਕੇ ਕੱਢਿਆ, ਉਹ ਇੱਥੇ ਕਿਤੇ ਬੈਠੇ ਹੋਣਗੇ ਇਸ ਟਾਈਮ, ਉਹ ਸੁੱਚੇ ਵੀ ਹੈ ਨੀ ਗਏ ਵੀ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕੀ ਹੋ ਰਿਹਾ। ਅੱਛਾ ਬਾਈ ਜੀ, ਪਹਿਲਾਂ ਵੀ ਕੋਈ ਇੱਥੇ ਹਾਦਸਾ ਹੋਇਆ? ਛੋਟੇ ਮੋਟੇ ਹੁੰਦੇ ਰਹਿੰਦੇ, ਪਲੇਟਾਂ ਡਿੱਗਦੀਆਂ ਰਹਿੰਦੀਆਂ, ਬੰਦਿਆਂ ਦੀ ਜਾਨ, ਇੱਟਾਂ ਡਿੱਗਦੀਆਂ, ਪਲੇਟਾਂ ਡਿੱਗਦੀਆਂ, ਬੰਦੇ ਜਾਨ ਦੀ ਕੋਈ ਵੈਲਿਊ ਹੀ ਨਹੀਂ ਹੈ। ਤੁਸੀਂ ਇਹਦੀ ਕੋਈ ਕੰਪਲੇਂਟ ਨਹੀਂ ਕੀਤੀ ਪ੍ਰਸ਼ਾਸਨ ਨੂੰ? ਬਸ ਉਹੀ ਹੈ ਜੀ, ਆਪਣੀਆਂ ਅਣਗਹਿਲੀਆਂ, ਵੀ ਆਪਾਂ ਨੂੰ ਐ ਵੀ ਮੇਜਰ ਕੁਛ ਨਹੀਂ ਹੋਇਆ, ਆਪਾਂ ਮੇਜਰ ਦਾ ਵੇਟ ਕਰਦੇ ਆ, ਮੇਜਰ ਹੋ ਗਿਆ ਜੀ। ਸਬਜ਼ੀ ਦੀ ਜਿਹੜੀ ਇੱਥੇ ਦੁਕਾਨ ਲਾਉਂਦੇ ਅੰਕਲ ਜੀ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰਦੇ ਆ। ਅੰਕਲ ਜੀ, ਕੀ ਹਾਦਸਾ ਹੋਇਆ, ਕਿੰਨੇ ਵਜੇ ਦਾ ਟਾਈਮ ਸੀ? ਹੁਣ ਦੇਖ ਲਓ ਜੀ, 1.5 ਘੰਟਾ ਹੋ ਗਿਆ ਹੋਣਾ ਮੇਰੇ ਖਿਆਲ, ਆ ਟਾਈਮ ਦੇਖ ਲਓ ਕੀ ਹੈਗਾ। 1.5 ਘੰਟਾ ਪਹਿਲਾਂ ਮੈਂ ਇੱਥੇ ਬੈਠਾ ਸੀਗਾ, ਮੈਂ 2 ਮਿੰਟ ਵਾਸਤੇ ਬਾਥਰੂਮ ਕਰਨ ਗਿਆ, 2-4 ਮਿੰਟ ਹੀ ਲੱਗਦੇ ਵਾਪਸ ਆਉਣ 'ਚ। ਮੈਂ ਵਾਪਸ ਮੁੜਿਆ ਤਾਂ ਦੇਖਿਆ ਸਾਰਾ ਤਹਿਸ ਨਹਿਸ ਹੋਇਆ ਪਿਆ, ਸਾਰਾ ਮੇਰਾ ਕੰਡਾ ਵੱਟਾ ਸਭ ਟੁੱਟ ਗਿਆ ਸਾਰਾ। ਕਿੰਨੇ ਕੁ ਦਾ ਤੁਹਾਡਾ ਨੁਕਸਾਨ ਹੋਇਆ? ਨੁਕਸਾਨ ਤਾਂ ਹੁਣ ਦੇਖ ਲਓ ਜੀ, ਇੱਕ ਬੰਦਾ ਤਾਂ ਅੰਦਰ ਹੀ ਸੀਗਾ, ਮੈਂ ਤਾਂ ਕੁਦਰਤੀ 2 ਮਿੰਟ ਵਾਸਤੇ ਬਾਹਰ ਗਿਆ ਸੀਗਾ, ਇੱਕ ਬੰਦਾ ਅੰਦਰ ਸੀ, ਉਹਨੂੰ ਕੱਢਿਆ ਚਾਦਰਾਂ ਪਾਸੇ ਕਰਕੇ,
ਕੋਈ ਮਸਾ ਬਚਿਆ? ਤੁਸੀਂ ਕਹਿ ਰਹੇ ਹੋ ਕੋਈ ਵਿਅਕਤੀ ਨਾਲ ਵਾਲੀ ਦੁਕਾਨ ਚ ਸੀਗਾ, ਕਿੰਨੀਆਂ ਕੁ ਦੇ ਸੱਟਾਂ ਸੁੱਟਾਂ ਵੱਜੀਆਂ? ਸੱਟਾਂ ਨੀ, ਬਚਤ ਰਹਿਗੀ, ਬਚਤ ਰਹਿਗੀ ਜੀ ਉਹਨਾਂ ਦੀ, ਬਚਤ ਐਂ ਰਹਿਗੀ ਵੀ ਉਹ ਸੋ ਰਹੇ ਸੀਗੇ ਤੇ ਉੱਪਰ ਰਜਾਈ ਰਜੂ ਲਿੱਤੀ ਹੋਈ ਸੀ ਉਹਨਾਂ ਦੇ, ਤੇ ਉਹ ਬਚਤ ਰਹਿਗੀ ਉਹਨਾਂ ਦੀ ਸੱਟਾਂ ਦੀ। ਪਰ ਉਹਨਾਂ ਨੂੰ ਫਿਰ ਆ ਸਾਰਾ, ਤੁਸੀਂ ਇੱਧਰ ਨਾ ਜ਼ੂਮ ਕਰਕੇ ਦੇਖੋ, ਉੱਪਰ ਛੱਤ ਰਹੀ ਨਹੀਂ ਹੈ, ਛੱਤ ਬਿਲਕੁਲ ਉੱਡੀ ਗਈ ਹੈ। ਅੱਛਾ, ਪ੍ਰਸ਼ਾਸਨ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ, ਜਿਹੜੀ ਤੁਸੀਂ ਕਹਿ ਰਹੇ ਹੋ ਪਹਿਲਾਂ ਵੀ ਹਾਦਸੇ ਹੁੰਦੇ ਰਹਿੰਦੇ ਆ ਇੱਥੇ ਇਸ ਬਿਲਡਿੰਗ ਨੂੰ ਲੈ ਕੇ? ਵੀ ਸੇਫਟੀ ਮੇਜ਼ਰਮੈਂਟਸ ਨਾਲ ਕੰਮ ਕਰਨ ਜੀ, ਅਗਲਿਆਂ ਦਾ ਕੰਮ ਆ, ਆਪਾਂ ਕੰਮ ਥੋੜੀ ਅਗਲਿਆਂ ਦਾ, ਵੀ ਅਗਲਿਆਂ ਦੀ ਕੰਮ ਆ ਅਗਲਿਆਂ ਦੀ ਬਿਲਡਿੰਗ ਬਣਾਉਣ ਆਪਣੀ, ਪਰ ਸੇਫਟੀ ਮੇਜ਼ਰਮੈਂਟ ਹੋਣ, ਚਾਹੇ ਛੋਟਾ ਹੀ ਹਾਦਸਾ ਹੋਣਾ ਨਹੀਂ ਚਾਹੀਦਾ, ਇਹ ਤਾਂ ਬਹੁਤ ਵੱਡਾ ਹਾਦਸਾ, ਛੋਟਾ ਵੀ ਨਹੀਂ ਹੋਣਾ ਚਾਹੀਦਾ। ਇਹ ਤਾਂ ਮਤਲਬ ਕਿ ਕੁਦਰਤੀ ਕਹਿ ਲਈ ਆਪਾਂ, ਕੁਦਰਤੀ ਤੁਹਾਡੇ ਫਾਦਰ ਬਾਥਰੂਮ ਕਰਨ ਗਏ ਸੀ, ਹਾਂ ਬਹੁਤ ਵੱਡੀ ਆਪਦਾ ਬਚ ਚੁੱਕੀ ਹੈ। ਜੇ ਨਾ ਗਏ ਹੁੰਦੇ ਫਿਰ ਜੇ ਸਾਨੂੰ ਕਰੋੜ ਰੁਪਇਆ ਵੀ ਦੇ ਦਿੰਦੇ ਫਿਰ ਕੀ ਫਾਇਦਾ ਸੀ ਉਹਦਾ? ਹੁਣ ਆ ਕੇ ਉੱਤੋਂ ਪੈਸੇ ਦਾ ਉਹ ਦਿਖਾਉਂਦੇ ਆ ਵੀ ਤੁਹਾਨੂੰ ਸਹੀ ਕਰਾ ਦਾਂਗੇ। ਮੈਂ ਨਾ ਕਰਾਓ ਸਹੀ ਜੀ, 50,000 ਅਸੀਂ ਲਾ ਲਾਂਗੇ ਸਵੇਰੇ। ਬਿਲਕੁਲ ਜੀ ਬਿਲਕੁਲ, ਕਾਫੀ ਜਿਹੜਾ ਰੋਸ਼ ਹੈ ਸਬਜ਼ੀ ਮੰਡੀ ਬਠਿੰਡਾ ਦੇ ਜਿਹੜੇ ਇੱਥੇ ਦੁਕਾਨ ਲਗਾਉਂਦੇ ਹੈਗੇ ਆ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ, ਜਿਹਨਾਂ ਨਾਲ ਇੱਥੇ ਹਾਦਸਾ ਜਿਹੜਾ ਅੱਜ ਬੀਤਿਆ। ਹੋਰ ਵੀ ਸਾਡੇ ਨਾਲ ਇੱਥੇ ਦੁਕਾਨਦਾਰ ਮੌਜੂਦ ਹੈ, ਗੱਲਬਾਤ ਕਰਦੇ ਆ। ਅੰਕਲ ਜੀ ਕੀ ਹਾਦਸਾ ਹੋਇਆ? ਅੰਦਰ ਆ ਦੇਖੋ, ਸਾਰੇ ਗੇਟ ਸਾਰੇ ਟੁੱਟੇ ਪਏ ਜੀ, ਅੰਦਰ ਦੇਖੋ ਛੱਤ ਟੁੱਟੀ ਵੀ ਹੈਗੀ ਹੈ, ਅੰਦਰ ਛੱਤ ਟੁੱਟੀ ਵੀ ਹੈ, ਗੇਟ ਟੁੱਟਿਆ ਪਿਆ ਜੀ। ਮੈਂ ਤਾਂ ਬਾਹਰ ਗਿਆ ਸੀ, ਮੇਰੇ ਕੋਈ ਰਿਸ਼ਤੇਦਾਰ ਦੀ ਡੈਥ ਹੋ ਗਈ ਸੀਗੀ, ਮੈਂ ਉੱਧਰ ਗਿਆ ਸੀ, ਕੱਲ ਹੀ ਆਇਆ ਜੀ, ਮੈਂ ਚੱਲ ਕਰੋ ਦਿਨ ਹੋਰ ਛੁੱਟੀਆਂ ਕਰ ਲੈਂਦੇ ਹਾਂ। ਮੈਨੂੰ ਫੋਨ ਆਇਆ ਜੀ, ਹੁਣ ਸਾਡੇ ਬਜ਼ੁਰਗ ਅੰਦਰ ਆ ਗਏ, ਇੱਥੇ ਅੰਦਰ ਹੀ ਸੁੱਤੇ ਪਏ ਹੁੰਦੇ, ਅੰਦਰ ਦੇਖੋ ਤੁਸੀਂ ਬੈਡ ਦੇਖੋ ਅੰਦਰ। ਪਹਿਲਾਂ ਕਿੰਨੇ ਕੁ ਹਾਦਸੇ ਹੋਏ ਆ? ਇੱਟਾਂ ਰੋੜੇ ਡਿੱਗਦੇ ਕਈ ਹੋਇਆ ਜੀ, ਇੱਟਾਂ ਰੋੜੇ ਉੱਤੋਂ ਛੱਤਰੋਂ ਡਿੱਗਦੇ ਆ, ਹਾਕਾ ਮਾਰਦੇ ਜੀ, ਕੋਈ ਸੁਣਾਈ ਨਹੀਂ ਕਰਦੇ ਹੈਗੇ ਜੀ। ਹਾਂ ਜੀ ਤੁਹਾਨੂੰ ਕੋਈ ਗੱਲ ਨੀ, ਕੋਈ ਅਸੀਂ ਵੀ ਕਹਿੰਦੇ ਵੀ ਅਗਲਾ ਦਾ ਕੰਮ ਹੈਗਾ ਜੀ, ਕਰਨ ਦਿਓ ਅਗਲੇ ਨੂੰ, ਆਪਾਂ ਉੱਤੇ ਰੋੜੇ ਡਿੱਗਦੇ ਉੱਤੇ ਰੋੜਾ ਨੂੰ ਕੁਛ ਨੀ ਹੁੰਦਾ। ਅੱਜ ਤਾਂ ਜੀ ਵੀ ਮੰਦਲ ਤੰਬਾਕੂ ਹੈ, ਸਾਡਾ ਬਜ਼ੁਰਗ ਢਿੱਲੇ ਰਹਿੰਦੇ, ਤੁਸੀਂ ਦੇਖ ਲਓ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਬਕਾਇਦਾ, ਤੁਹਾਨੂੰ ਦਵਾਈਆਂ ਦੀ ਪਰਚੀਆਂ ਤੋਂ ਲੈ ਕੇ ਤੁਹਾਨੂੰ ਤੁਸੀਂ ਅੰਦਰ ਆਓਗੇ ਸਾਰਾ ਕੁਛ ਇੱਥੇ ਖਾ ਦਿੰਦੇ ਕਿੱਥੇ ਬੈਡ ਦੇ ਉੱਤੇ ਜਿਹੜੇ ਤੇ ਉਹ ਨਾ ਇੱਕਦਮ ਹੀ ਬੋਂਗਲ ਗਏ, ਇੱਕਦਮ ਹੀ ਕਾਪੜ ਗਏ, ਅੰਦਰ ਹੀ ਪਏ ਰਹਿ ਗਏ। ਉਹਨਾਂ ਨੂੰ ਦੋ ਚਾਰ ਬੰਦਿਆਂ ਨੇ ਕੱਢਿਆ ਹੈਗਾ ਮੌਜੂਦਾ। ਅੱਛਾ, ਪ੍ਰਸ਼ਾਸਨ ਨੂੰ ਤੁਸੀਂ ਇਸ ਬਿਲਡਿੰਗ ਨੂੰ ਲੈ ਕੇ ਕੀ ਅਪੀਲ ਕਰਨਾ ਚਾਹੁੰਦੇ? ਅਸੀਂ ਪ੍ਰਸ਼ਾਸਨ ਨੂੰ ਇਹ ਕੀ ਕਰਦੇ ਹਾਂ ਵੀ ਆਪਣਾ ਕੰਮ ਉਹ ਧਿਆਨ ਨਾਲ ਕਰਨ, ਸਾਡਾ ਮਤਲਬ ਵੀ ਜੋ ਅਸੀਂ ਤਾਂ ਮਜ਼ਦੂਰ ਬੰਦੇ ਆ, ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਮਰਦੇ ਆ ਜੀ। ਕੋਈ ਲੈਂਡ ਲੋਕ ਬੰਦੇ ਤਾਂ ਹੈ ਨਹੀਂ ਗਏ ਜੀ ਵੀ ਅਸੀਂ ਕੁਝ ਕਰ ਸਕਦੇ ਆ, ਵੀ ਉਹਨਾਂ ਨੂੰ ਤਾਜ਼ੀ ਕਮਾਉਣੀ ਹੈ, ਤਾਜ਼ੀ ਖਾਣੀ ਹੈ, ਜਾਂ ਕੋਈ ਇਹ ਨਹੀਂ ਸਾਡੇ ਕੋਲ ਬੈਂਕ ਬੈਲੈਂਸ ਨਾ ਹੋ, ਇਹਨਾਂ ਦਾ ਕਰੋੜਾਂ ਦਾ ਕੰਮ ਹੈ, 10-20,000 50,000 ਲਾ ਦੇਣਗੇ, ਉਹਦੇ ਨਾਲ ਸਾਨੂੰ ਕੀ ਹੋ ਜੂਗਾ ਵੀ ਜਾਨੀ ਮਾਲ ਦਾ ਜਿਹੜਾ ਨੁਕਸਾਨ ਹੋ ਸਕਦਾ ਸੀ? ਬਜ਼ੁਰਗ ਬਗਾਏ ਸੀਗੇ, ਅੰਦਰ ਨੁਕਸਾਨ ਹੋ ਜਾਂਦਾ ਤਾਂ ਅੱਜ ਤੱਕ ਕੋਈ ਰਹਿਣੇ ਨਹੀਂ ਸੀ ਅੱਗੇ ਪਿੱਛੇ ਸਾਡਾ ਕੁਛ ਵੀ, ਅਗਲੇ ਕਹਿੰਦੇ ਲਓ ਜੀ ਅੰਦਰ ਬਾਹਰ ਰੱਖਿਆ ਗਾ ਜੀ, ਅੰਦਰ ਇੱਕ ਬਜ਼ੁਰਗ ਹੈਗੇ ਰਹਿੰਦੇ ਹੈਗੇ ਸਾਡੇ ਕੋਲ, ਉਹਦੇ ਚ ਕੀ ਗੱਲ ਹੈਗੀ ਹੈ ਦੱਸੋ। ਕੁਛ ਪੁਲਿਸ ਅਧਿਕਾਰੀ ਵੀ ਪਹੁੰਚੇ, ਗੱਲਬਾਤ ਕਰਦੇ ਆ। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ, ਹਾਦਸਾ ਜਿਹੜਾ ਸਬਜ਼ੀ ਮੰਡੀ ਬਠਿੰਡਾ ਚ ਹੋਇਆ, ਉੱਤੋਂ ਪਲੇਟਸ ਡਿੱਗੀਆਂ, ਬੀਮ ਡਿੱਗਿਆ, ਤੁਸੀਂ ਮੌਕੇ ਤੇ ਪਹੁੰਚੇ ਹੋ, ਕੀ ਕਹਿਣਾ ਚਾਹੋਗੇ? ਦੇਖੋ ਇੱਧਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈਗਾ, ਕੰਸਟਰਕਸ਼ਨ ਦੇ ਕੰਮ ਦੇ ਵਿੱਚੋਂ ਇੱਥੇ ਮੈਂ ਦੇਖਿਆ ਵੀ ਲੈਂਟਰ ਦਾ ਸਰੀਆ ਤੇ ਪਲੇਟਾਂ ਗਿਰੀਆਂ ਹੋਈਆਂ, ਆਪਾਂ ਵੈਰੀਫਾਈ ਕਰਦੇ ਵੀ ਹੋਇਆ ਕੀ ਆ, ਇਹ ਬਾਅਦ ਤਫਤੀਸ਼ ਉਦੋਂ ਪਤਾ ਲੱਗੂਗਾ ਵੀ ਕੀ ਗੱਲ ਆ, ਕੀ ਕਹਾਣੀ ਕੀ ਆ। ਸਰ ਜੇ ਗੱਲ ਕਰੀਏ ਓਨਰ ਕੌਣ ਇਸ ਬਿਲਡਿੰਗ ਦੇ, ਪਤਾ ਕਰਨ ਤੇ ਪਤਾ ਲੱਗੂਗਾ, ਅਜੇ ਤਾਂ ਆਪਾਂ ਨੂੰ ਕੋਈ ਪਤਾ ਨੀ ਗਾ, ਅਜੇ ਤਾਂ ਮੌਕੇ ਤੇ ਪਹੁੰਚੇ ਹਾਂ, ਆਪਾਂ ਦੇਖ ਰਹੇ ਹਾਂ ਡਿੱਗਿਆ ਜ਼ਰੂਰ ਆ, ਇੱਥੇ ਪਲੇਟਾਂ ਡਿੱਗੀਆਂ ਇਹਨਾਂ ਲੈਂਟਰ ਵਾਲੀਆਂ। ਅਸੀਂ ਗੱਲਬਾਤ ਕੀਤੀ ਹੈ ਜੋ ਇੱਥੇ ਦੁਕਾਨ ਚਲਾਉਂਦੇ ਸੀ ਸਬਜ਼ੀ ਦੀ, ਉਹਨਾਂ ਨੇ ਕਿਹਾ ਸੀ ਕੁਦਰਤੀ ਮੈਂ ਬਾਥਰੂਮ ਗਿਆ ਸੀ, ਨਹੀਂ ਤਾਂ ਮੇਰੀ ਇੱਥੇ ਜਾਨੀ ਮਾਲ ਦਾ ਜਿਹੜਾ ਨੁਕਸਾਨ ਹੋ ਸਕਦਾ। ਹੋ ਵੀ ਸਕਦਾ ਵੀ ਜਦੋਂ ਉੱਪਰੋਂ ਗਿਰ ਗਿਆ ਤਾਂ ਜਾਨੀ ਮਾਲੀ ਨੁਕਸਾਨ ਜੇ ਬੈਠਾ ਹੁੰਦਾ ਤਾਂ ਹੋ ਵੀ ਸਕਦਾ ਸੀਗਾ, ਚਲੋ ਪਰਮਾਤਮਾ ਨੇ ਉਹਦੀ ਭਲੀ ਕੀਤੀ ਵੀ ਜਿਹੜਾ ਮੌਕੇ ਤੇ ਨਹੀਂ ਉੱਠ ਕੇ ਚਲਾ ਗਿਆ ਉਹ। ਤੁਸੀਂ ਮੌਕੇ ਤੇ ਆਏ ਹੋ, ਤੁਹਾਡੀ ਗੱਲਬਾਤ ਹੋਈ ਆ ਓਨਰ ਨਾਲ, ਕੀ ਕਿਹਾ ਇਹਨਾਂ ਨੇ? ਇਹ ਕਹਿੰਦੇ ਵੀ ਅਸੀਂ ਸਵੇਰੇ ਕੰਪਲੇਂਟ ਦੇਵਾਂਗੇ, ਅਸੀਂ ਹੁਣ ਵਿਚਾਰ ਕਰ ਲਈ ਅਸੀਂ ਦੁਕਾਨ ਵਾਲੇ ਰਲ ਕੇ ਵੀ ਕੀ ਐਕਸ਼ਨ ਲੈਣਾ ਹੈਗਾ, ਉਹ ਤੋਂ ਬਾਅਦ ਅਸੀਂ ਦਰਖਾਸਤ ਦੇਵਾਂਗੇ। ਇਹ ਕਹਿੰਦੇ ਪਹਿਲਾਂ ਵੀ ਸਬਜ਼ੀ ਮੰਡੀ ਬਠਿੰਡਾ ਚ ਇਸ ਤਰ੍ਹਾਂ ਦੇ ਹਾਦਸੇ ਪਹਿਲਾਂ ਵੀ ਹੋਏ ਆ? ਪਹਿਲਾਂ ਕੋਈ ਕੰਪਲੇਂਟ ਨਹੀਂ ਆਈ ਇਸ ਸੰਬੰਧੀ,
ਪਹਿਲਾਂ ਕੋਈ ਕੰਪਲੇਂਟ ਕੰਪਲੇਂਟ ਤਾਂ ਹਜੇ ਵੀ ਨਹੀਂ ਆਈ। ਜੇ ਸਬਜ਼ੀ ਮੰਡੀ ਬਠਿੰਡਾ ਦੇ ਜਿਹੜੇ ਦੁਕਾਨਦਾਰ ਹੈ ਕੰਪਲੇਂਟ ਕਰਨਗੇ ਸੰਬੰਧਿਤ ਥਾਣੇ ਨੂੰ, ਬਿਲਕੁਲ ਐਕਸ਼ਨ ਲਿਆ ਜਾਊਗਾ ਉਹਦੇ ਖਿਲਾਫ, ਜਿਹਦੀ ਵੀ ਲਾਪਰਵਾਹੀ ਦੇਖੀ ਗਈ ਉਹਦਾ ਐਕਸ਼ਨ ਲਿਆ ਜਾਊ। ਬਿਲਕੁਲ ਜੀ ਬਿਲਕੁਲ, ਇਹ ਸੀ ਪੁਲਿਸ ਅਧਿਕਾਰੀ ਜਿਨ੍ਹਾਂ ਨੇ ਕਿਹਾ ਕਿ ਜਿਸ ਦੀ ਵੀ ਇਸ ਤੇ ਲਾਪਰਵਾਹੀ ਸਾਹਮਣੇ ਆਈ ਉਸ ਤੇ ਜਿਹੜੀ ਹੈ ਬਠਿੰਡਾ ਪੁਲਿਸ ਵੱਲੋਂ ਜਿਹੜੀ ਹੈ ਬਣਦੀ ਕਾਰਵਾਈ ਕੀਤੀ ਜਾਵੇਗੀ। ਕੁਛ ਹੋਰ ਵੀ ਸਾਡੇ ਨਾਲ ਇੱਥੇ ਸਬਜ਼ੀ ਦਾ ਜਿਹੜਾ ਕੰਮ ਕਰਦੇ ਆ ਉਹ ਦੁਕਾਨਦਾਰ ਮੌਜੂਦ ਹੈ, ਗੱਲਬਾਤ ਕਰਦੇ ਆ। ਬਾਈ ਜੀ ਇਹ ਹਾਦਸਾ ਜਿਹੜਾ ਹੋਇਆ ਕਾਫੀ ਮਤਲਬ ਕਿ ਤੁਸੀਂ ਇਹ ਲਾ ਲਓ ਵੀ ਡਰ ਦਾ ਮਾਹੌਲ ਜਿਹਾ ਹੋ ਜਾਂਦਾ ਹੈ, ਕੀ ਕਹਿਣਾ ਚਾਹੁੰਦੇ? ਬਿਲਕੁਲ ਜੀ, ਬਹੁਤ ਜ਼ਬਰਦਸਤ ਡਰ ਦਾ ਮਾਹੌਲ ਸੀਗਾ ਜੀ, ਜਿਵੇਂ ਗਿਰਿਆ ਜੀ ਇਹ ਬਹੁਤ ਖਤਰਨਾਕ ਸੀ। ਇਹ ਤਾਂ ਅਚਾਨਕ ਉਹ ਅੰਕਲ ਸੀ ਜਿਹੜੇ ਉਹ ਤਾਂ ਬਾਥਰੂਮ ਚਲੇ ਗਏ ਸੀਗੇ, ਜੇ ਬੈਠੇ ਹੁੰਦੇ ਤਾਂ ਉਹ ਸਮਝੋ ਬਸ ਖਤਮ ਸੀ, ਕੋਈ ਜਾਨੀ ਮਾਲ ਦਾ ਨੁਕਸਾਨ ਹੋ ਸਕਦਾ ਸੀ, ਬਿਲਕੁਲ ਹੋ ਸਕਦਾ ਸੀਗਾ ਜੀ। ਇੱਕ ਤਾਂ ਬਜ਼ੁਰਗ ਨੂੰ ਅਸੀਂ ਅੰਦਰੋਂ ਬਾਹਰ ਕੱਢਿਆ ਜੀ ਫੜ ਕੇ, ਉਹਨਾਂ ਦਾ ਬਹੁਤ ਬਚਾ ਰਹਿ ਗਿਆ, ਇੱਕ ਬਾਥਰੂਮ ਕਰਨ ਗਏ ਹੋਏ ਸੀਗੇ, ਜੇ ਬੈਠੇ ਹੁੰਦੇ ਔਰ ਖਤਮ ਸੀਗਾ ਜੀ। ਆਹ ਦੇਖੋ ਅਸੀਂ ਸਾਹਮਣੇ ਜਿੱਥੇ ਗਏ ਬੈਠੇ ਹੁੰਦੇ ਸੀ ਉਹੀ ਬਿਲਕੁਲ ਸਰੀ ਉੱਪਰ ਗਿਰਿਆ। ਅੱਛਾ ਬਾਈ ਜੀ, ਜਦੋਂ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਇੱਕ ਡਰ ਦਾ ਮਾਹੌਲ ਬੈਠ ਜਾਂਦਾ ਹੈ ਵੀ ਕਦੇ ਫੇਰ ਨਾ ਇਸ ਤਰ੍ਹਾਂ ਦਾ ਹਾਦਸਾ ਹੋ ਜੇ। ਬਿਲਕੁਲ ਡਰ ਲੱਗਦਾ ਜੀ, ਇਹ ਤਾਂ ਕੰਮ ਹੀ ਇੰਨਾ ਚੱਲੀ ਜਾਂਦਾ ਸੀਗਾ ਜੀ, ਹਲੇ ਤੱਕ ਤਾਂ ਛੋਟਾ ਮੋਟਾ ਤਾਂ ਹੁੰਦਾ ਸੀਗਾ, ਚਲੋ ਕਹਿ ਦਿੰਦੇ ਸੀਗੇ ਪਰ ਕੋਈ ਸੁਣਵਾਈ ਨਹੀਂ ਹੋਈ ਸੀ। ਇਹ ਤਾਂ ਵੀ ਪਰਮਾਤਮਾ ਵੱਲੋਂ ਹੀ ਬਸ ਕੁਦਰਤੀ ਬਾਥਰੂਮ ਚਲੇ ਗਏ, ਅਸੀਂ ਚਲੋ ਬੱਚਤ ਰਹਿ ਗਈ ਬਹੁਤ ਜ਼ਿਆਦਾ ਜੀ, ਛੋਟੇ ਮੋਟੇ ਨੂੰ ਤਾਂ ਅਸੀਂ ਫਿਰ ਵੀ ਚੱਲ ਕਹਿ ਦਿੰਦੇ ਚੱਲ ਕੋਈ ਗੱਲ ਨੀ, ਕਹਿ ਤਾ ਚੱਲ ਕਰ ਲੈਣਗੇ ਕੇਅਰ, ਪਰ ਨਹੀਂ ਕੇਅਰ ਨਹੀਂ ਹੋਈ। ਅੱਛਾ, ਇਸ ਬਿਲਡਿੰਗ ਨੂੰ ਲੈ ਕੇ ਖਾਸ ਕਰਕੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ? ਬਸ ਥੋੜਾ ਧਿਆਨ ਰੱਖਣ, ਹੋਰ ਤਾਂ ਕੀ ਹੈ, ਥੋੜੀ ਆਪਦੀ ਸੇਫਟੀ ਰੱਖਣ, ਇਹ ਵੀ ਜਿਵੇਂ ਕੰਮ ਚੱਲੀ ਜਾਂਦਾ ਉਹਨਾਂ ਨੂੰ ਆਪਦੀ ਸੇਫਟੀ ਨਾਲ ਚਲਾਉਣ। ਅੱਛਾ, ਆਪਾਂ ਗੱਲਬਾਤ ਕੀਤੀ ਹੋਰ ਦੁਕਾਨਦਾਰਾਂ ਨਾਲ ਜੋ ਸਬਜ਼ੀ ਦਾ ਕੰਮ ਕਰਦੇ, ਕਹਿੰਦੇ ਪਹਿਲਾਂ ਵੀ ਕੋਈ ਹਾਦਸੇ ਹੋਏ ਇੱਥੇ? ਪਹਿਲਾਂ ਹੋਏ ਆ, ਕਦੇ ਉੱਪਰ ਪੱਥਰ ਗਿਰ ਗਿਆ, ਕਦੇ ਐਂਗਲ ਗਿਰ ਗਈ, ਇਸ ਤਰ੍ਹਾਂ ਛੋਟੇ ਮੋਟੇ ਹੁੰਦੇ ਰਹਿੰਦੇ। ਚੰਗਾਰੀ ਉੱਪਰ ਐਂਗਲ ਜਦੋਂ ਵੈਲਡ ਕਰਦੇ ਸੀ ਉੱਪਰ ਚੰਗਾਰੀ ਗਿਰੀ, ਇੱਕ ਵਾਰੀ ਅੱਗ ਵੀ ਲੱਗ ਗਈ ਸੀ ਪਰ ਉਹ ਅਸੀਂ ਫਿਰ ਵੀ ਬੁਝਾ ਤੇ ਪਾਣੀ ਪੂਣੀ ਪਾ ਕੇ। ਅੱਛਾ, ਅਸੀਂ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ, ਉਹਨਾਂ ਨਾਲ ਗੱਲਬਾਤ ਕੀਤੀ ਹੈ, ਤੁਸੀਂ ਕਦੇ ਕੰਪਲੇਂਟ ਨਹੀਂ ਕੀਤੀ ਇਹਦੀ? ਛੋਟੇ ਮੋਟੇ ਦੀ ਐਂ ਸੀ, ਸਾਨੂੰ ਐਂ ਹੁੰਦਾ ਸੀ ਚਲੋ ਕੋਈ ਗੱਲ ਨਹੀਂ ਜੀ, ਛੋਟੇ ਮੋਟੇ ਅਸੀਂ ਜਾ ਕੇ ਕਹਿ ਦਿੰਦੇ ਸੀ ਵੀ ਚਲ ਕੋਈ ਗੱਲ ਨਹੀਂ, ਕਹਿ ਦੇਣਗੇ ਵੀ ਸੰਭਾਲ ਲੈਣਗੇ ਪਰ ਉਹ ਫਿਰ ਹੁਣ ਜਦੋਂ ਆਹ ਹਾਦਸਾ ਹੋਇਆ ਤਾਂ ਹੁਣ ਤਾਂ ਸਾਨੂੰ ਬਹੁਤ ਜ਼ਿਆਦਾ ਡਰ ਬਹਿ ਚੁੱਕਾ ਸਾਡੇ ਮਨ 'ਚ। ਬਿਲਕੁਲ ਜੀ ਬਿਲਕੁਲ, ਇਹ ਸੀ ਸਬਜ਼ੀ ਮੰਡੀ ਬਠਿੰਡਾ ਦੇ ਜਿਹੜੇ ਦੁਕਾਨਦਾਰ ਜਿਨ੍ਹਾਂ ਨੇ ਕਿਹਾ ਕਿ ਇਸ ਹਾਦਸੇ ਨੂੰ ਲੈ ਕੇ ਸਾਰੇ ਇੱਥੇ ਦੁਕਾਨਦਾਰਾਂ 'ਚ ਜਿਹੜਾ ਡਰ ਦਾ ਜਿਹੜਾ ਮਾਹੌਲ ਬਣਿਆ ਹੋਇਆ ਅਤੇ ਜਾਨੀ ਮਾਲ ਤੋਂ ਜਿਹੜਾ ਕੁਦਰਤ ਵੱਲੋਂ ਜਿਹੜਾ ਬਚਾ ਰਹਿ ਗਿਆ, ਨਹੀਂ ਤਾਂ ਇੱਥੇ ਜਾਨੀ ਮਾਲ ਦਾ ਵੀ ਜਿਹੜਾ ਨੁਕਸਾਨ ਹੋ ਸਕਦਾ ਸੀ। ਕੈਮਰਾਮੈਨ ਸੂਜਲ ਦੇ ਨਾਲ ਮਨੋਜ ਚਰਕੀਵਾਲ, ਦੈਨਿਕ ਸਵੇਰਾ ਟੀਵੀ ਬਠਿੰਡਾ।